84 ਦੇ ਦੰਗਿਆਂ ਦੇ ਉਹ ਬੱਤਰ ਕੰਟੇ ਆ ਜਿਵੇਂ ਅਸੀਂ ਪਹਿਲੇ ਦੇਖਿਆ ਹੈ ਦਰਸ਼ਨਕੌਰ ਜੀ ਨਾਲ ਗੱਲ ਕੀਤੀ ਹੈ ਤੇ ਅੱਜ ਇਹ ਨੌਜਵਾਨ ਪੀੜ ਨਾਲ ਗੱਲ ਕੀਤੀ ਹੈ ਤੇ ਦੇਖਿਆ ਕਿਦਾਂ ਸਮਾਜ ਵਿੱਚ ਇੱਕ ਡਰ ਦੀ ਜੜ ਇੰਨੀ ਪੱਕੀ ਹੋ ਗਈ ਹੈ ਕਿ ਉਸ ਉਹਨਾਂ ਕੰਟਿਆਂ ਦਾ ਅਸਰ ਅੱਜ ਵੀ ਹੈ ਕਿ ਅੱਜ ਕੋਈ ਆਪਣੀ ਆਵਾਜ਼ ਚੁੱਕਣ ਨੂੰ ਤਿਆਰ ਨਹੀਂ ਹੈ ਇਸ ਦਾ ਇੱਕ ਹੋਰ ਪਹਿਲੂ ਹੈ ਕਿ ਅਸੀਂ ਅੱਜ 33 ਸਾਲਾਂ ਬਾਅਦ ਵੀ ਇਨਸਾਫ ਨਹੀਂ پا ਸਕੇ ਨਾ ਅਸੀਂ ਪਾ ਸਕਿਆ ਨਾ ਗੁਜਰਾਤ ਦੇ ਦੰਗਿਆਂ ਨੂੰ ਪੀੜਤਾ ਨੂੰ ਮਿਲਿਆ ਹੈ ਜਾਂ ਕਿਸੇ ਵੀ ਹੋਰ ਫਿਰ ਫਿਰਕੂ ਪੀੜ ਵਾਲੇ ਪੀੜਤ ਨੂੰ ਇਨਸਾਫ ਮਿਲਿਆ ਹੈ ਇਸ ਗੱਲ ਵਿੱਚ ਕਮਜ਼ੋਰੀ ਸਾਡੀ ਹੈ ਸਾਡੇ ਸਮਾਜ ਦੀ ਹੈ ਸਾਡੀ ਸੋਚ ਦੀ ਹੈ ਸਾਡੇ ਸਿਸਟਮ ਦੀ ਹੈ ਇਸ ਪਹਿਲੂ ਨੂੰ ਹੋਰ ਖੁਰੇਦਣ ਲਈ ਅਸੀਂ ਬੈਠੇ ਹਾਂ ਐਡਵੋਕੇਟ ਲਖਨਪਾਲ ਸਾਹਿਬਾ ਜੀ ਨੂੰ ਸਰਨਾ ਜੁਰਨ ਲਈ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੀ ਪੂਰੀ ਜ਼ਿੰਦਗੀ ਮਨੁੱਖੀ ਅਧਿਕਾਰਾਂ ਪਿੱਛੇ ਕੁਰਬਾਨ ਕੀਤੀ ਹੈ ਜੀ ਅਸੀਂ ਇਹ ਫਿਰ ਕੋ ਪੀਰਵਰੀ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਹੈ ਇਹ ਕਿਉਂ ਵੱਧਦੀ ਜਾ ਰਿਹਾ ਹੈਗਾ ਇਹਦੇ ਵਿੱਚ ਨਿਆਂ ਨਾ ਮਿਲਣਾ ਇਹ ਸਭ ਤੋਂ ਵੱਡਾ ਕਾਰਨ ਹੈ ਮੰਨਿਆ ਜਾ ਸਕਦਾ ਹੈ ਪਰ ਨਿਆਂ ਕਿਉਂ ਨਹੀਂ ਮਿਲ ਰਿਹਾ ਜਦੋਂ ਜਦੋਂ ਇਹ ਸਾਰੇ ਦੰਗੇ ਹੋਏ ਸੀਗੇ ਜੀ ਤੇ ਰਜੀਵ ਗਾਂਧੀ ਨੇ ਕਿਹਾ ਜਦੋਂ ਵਟਾ ਦਰਖਤ ਗਿਰਦਾਗਾ ਤੇ ਤਰਤੀ ਹਿਲਦੀ ਹੈ that was in context with Mrs Gandhi's murder right ਉਸ ਤੋਂ ਬਾਅਦ ਜਿਹੜੇ ਨਾ ਸਾਰਾ ਦੰਗੇ ਹੋਏ ਪਹਿਲਾਂ ਸਾਨੂੰ ਦੇਖਣਾ ਪਏਗਾ ਕਿ ਉਹ ਦੰਗੇ ਕਿਤੇ ਕਿਨੇ ਉਹ ਬੰਦੇ ਉਹ ਸਕੇ ਜਿਹੜੇ ਕਿ ਗਵਰਨਮੈਂਟ ਸਪான்ਸਰ ਸੀ ਜੀ 에어포ਰਸ ਆ ਚੁੱਕੀਆਂ ਕਿ ਉਸ ਵਲੇ ਜਿਹਨਾਂ ਨੇ ਦੰਗਾ ਕੀਤਾ ਜਿਹਨ ਲੁੱਟਮਾਰ ਕੀਤੀ ਹੈ ਬੰਦੇ ਮਾਰੇ ਉਹ ਬੰਦੇ ਗਵਰਨਮੈਂਟ ਸਪான்ਸਰ ਸੀਗੇ ਔਰ ਪੁਲਿਸ ਆਉਣ ਨੂੰ ਹੈਲਪ ਕਰੀ ਸੀ ਜੀ ਜਦੋਂ ਪੁਲਿਸ ਆਉਣ ਨੂੰ ਹੈਲਪ ਕਰੀ ਸੀ ਗਵਰਨਮੈਂਟ ਆਉਣ ਨੂੰ ਹੈਲਪ ਕਰੀ ਸੀ ਕਿ ਗਵਰਨਮੈਂਟ ਦੇ ਬੰਦੇ ਖਰੀਦੇ ਹੋਏ ਸੀਗੇ ਜਿਵੇਂ ਸਪੋਰਟ ਕਰਦੇ ਸੀਗੇ ਫੇਰ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਲੈਣ ਦਾ ਕੋਈ ਸੌਖੀ ਗੱਲ ਨਹੀਂ ਦੂਜੀ ਗੱਲ ਜਿਹੜੇ ਕੋਰਟਸ ਜਿੰਨੇ ਸੈਟਅਪ ਕੀਤੇ ਗਏ ਉਹਨਾਂ ਨੇ ਸਾਰਿਆਂ ਕੇਸਾਂ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਸੀ ਜਾਂ ਜਿਹੜੀ ਪ੍ਰੋਸਕਿਊਸ਼ਨ ਦੀ ਜਰਿਸਡਿਕਸ਼ਨ ਸੀ ਉਸ ਨੂੰ ਸਕੱਟਰ ਕਰਨ ਦੀ ਕੋਸ਼ਿਸ਼ ਕੀਤੀ ਵੀ ਦਬਾਅ ਦੇ ਕੇ ਉਸ ਕੇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪੀੜਤ ਵੱਲੋਂ ਬਿਆਨ ਵੀ ਸੀ ਕਿ ਇੱਕ ਜੱਜ ਨੇ ਜਸਟ ਟਾਈਮ ਚਾਨ ਚੱਲ ਰਹੀ ਸੀ ਇਸ ਤਰ੍ਹਾਂ ਤਮ ਕਾਇਆ ਡਰਾਇਆ ਸੋ ਜੁਡੀਸ਼ਰੀ ਵੀ ਸਰਕਾਰ ਦੇ ਬਿਲਕੁਲ ਦਾ ਠੀਕ ਹੈ ਜੀ ਜਿਹੜੀ ਜੁਡੀਸ਼ਰੀ ਹੈਗੀ ਹੈ ਉਹ ਪਾਰਟ ਆਫ ਗਵਰਨਮੈਂਟ ਹੈ ਜੇ ਅਸੀਂ ਸੋਚੀਏ ਕਿ ਜਿਹੜੀ ਜੁਡੀਸ਼ਰੀ ਹੈ ਸਰੀ ਕੰਟਰੀ ਟੋਟਲੀ ਇੰਡੀਪੈਂਡੈਂਟ ਹੈ ਉਹ ਗੱਲ ਗਲਤ ਹੋਏਗੀ ਤੇ ਸਾਡੀ ਸੋਚ ਕੇ ਇੰਡੀਪੈਂਡੈਂਟ ਹੈ ਉਹ ਵੀ ਗਲਤ ਹੋਏਗੀ ਕਿਉਂਕਿ ਉਹ ਜਿਹੜੀ ਸਰ ਜੁਡੀਸ਼ਰੀ ਹੈ ਉਹ ਇੰਡੀਪੈਂਡੈਂਟ ਹੈ ਨਹੀਂ ਤੇ ਇਹੀ ਕਾਰਨ ਹੈ ਕਿ 84 ਤੋਂ ਲੈ ਕੇ ਅੱਜ ਤੱਕ ਕੋਈ ਅਜਿਹਾ ਫੈਸਲਾ ਨਹੀਂ ਹੋਇਆ ਤੁਸੀਂ ਜੇ ক্লোਜ਼ਲੀ ਕੇਸਸ ਨੂੰ ਮੰਨ ਚ ਕਰੋ ਤੇ ਪੂਰੀ ਗੱਲ ਸਾਫ਼ ਆਂਦੀ ਏ ਕਿ ਇਸ ਸਾਈਟ ਦੇ 올 스테ਜ ਮੈਨੇਜਡ ਅਫੇਅਰ ਇੱਕ ਤੱਕ ਸਿਸਟਮ ਫੇਲ ਹੋਇਆ ਇੱਕ ਗਵਰਨਮੈਂਟ ਫੇਲ ਹੋਈ ਇੱਕ ਜਦ ਸਾਡੇ ਲੋਕੀ ਸੀ ਉਹ ਵੀ ਫੇਲ ਹੋਏ ਇੱਥੇ ਮੈਂ ਆਣਾ ਚਾਹੁੰਦੀ ਆ ਇੱਕ ਇੱਕ ਤਾਂ ਸੀ ਮੰਨਦੇ ਆ ਗਵਰਨਮੈਂਟ ਅਗੇਂ ਸੀ ਪਰ ਸਿੱਖ ਕਮਿਊਨਿਟੀ ਕੋਈ ਇੰਨੀ ਛੋਟੀ ਕਮਿਊਨਿਟੀ ਨਹੀਂ ਹੈ ਔਰ ਇਟਸ ਅ ਵੈਰੀ ਸਟਰੋਂਗ ਕਮਿਊਨਿਟੀ ਬਟ 33 ਸਾਲ ਵਿੱਚ ਅਸੀਂ ਇੱਕ ਕੇਸ ਵੀ ਨਹੀਂ ਜਿੱਤ ਪਾਏ ਇਦੇ ਵਿੱਚ ਸਿਰਫ ਸਿਸਟਮ ਤੇ ਸਰਕਾਰ ਨੂੰ ਹੀ ਇੱਕ ਰਸੂਲ ਵਾਰ ਮੰਨਿਆ ਜਾਂਦਾ ਹੈ। ਇਹਦੇ ਵਿੱਚ ਸਾਡੀ ਆਪਣੀ ਵੀ ਕਮਜ਼ੋਰੀ ਮੰਨੀ ਜਾ ਸਕਦੀ ਹੈ। ਅਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਕਸੂਰ ਹੈ ਉਹ ਸਾਡਾ ਹੀ ਹੈ। ਕਿਉਂਕਿ ਇਹਨੂੰ ਅਸੀਂ ਇੱਕ ਕੇਸ ਨਹੀਂ ਰੱਖਿਆ ਸੀ ਇਹਨੂੰ ਪੋਲਿਟਿਕਸ ਬਣਾ ਲਈ। ਮਤਲਬ ਅਸੀਂ ਲੋਕ ਇੱਕ ਦੂਜੇ ਨੂੰ ਬਲੇਮ ਕਰਕੇ ਜਾਂ ਪੋਲਿਟਿਕਸ ਖੇਲ ਕੇ ਆਕੀਜ਼ ਕਰਦੇ ਪਏ ਹਾਂ। ਨਾਟ ਫॉर ਦੋਜ਼ ਪੀਪਲ ਹੂ ਡਾਈਡ অর ਹੂ ਸਫਰਡ অর ਸੈਕਰੀਫਾਈਸਡ অর ਵਾਟਐਵਰ। ਵੀ ਆਰ ਨਾ ਡੂਇੰਗ ਐਨੀਥਿੰਗ ਫਾਰ ਥੈਮ ਅਸੀਂ ਆਪਣਾ ਹੀ ਦੇਖ ਰਹੇ ਹਾਂ ਸਾਡਾ ਕੀ ਮਿਲਦਾ ਹੈਗਾ ਐਸ ਫਾਈਟ ਦੇ ਵਿੱਚ ਵੀ ਅਸੀਂ ਕੋਈ ਨਾ ਕੁਝ ਆਪਣੀ ਰੋਟੀ ਸੇਕ ਦੇ ਪਾਏ ਗਿਆ ਪੋਲਿਟਿਕਸ ਖੇਤ ਦੇ ਤੇ ਪਾਏ ਆਏਗਾ ਐਸੀ ਕਰਕੇ ਕਿਉਂਕਿ ਕੋਈ ਬੰਦਾ ਸੈਂਸਰ ਅੱਗੇ ਆਇਆ ਹੀ ਨਹੀਂ ਐਸ ਕਰਕੇ ਐਸ ਵੀ ਐਸੀ ਕੇਸ ਦੇ ਵਿੱਚ ਇੰਨੇ ਕੇਸਾਂ ਦੇ ਵਿੱਚ ਟੋਟੀ ਫੀਲ ਹੋਏ ਤੁਸੀਂ ਇਸ 84 ਜੋ ਦਿੱਲੀ ਜਾਂ ਕਾਨਪੁਰ ਦੇ ਜਿਹੜੇ ਵੀ ਕੇਸ ਤੁਸੀਂ ਕਿੰਨੇ ਕੇਸ ਲੜ ਰਹੇ ਹੋ ਇਹਦੇ ਵਿੱਚ ਮੈਂ ਤੁਹਾਨੂੰ ਐਸ ਲੋਏ ਕੋਈ 40 ਕੇਸ ਪੈਣ ਹੈ ਹਾਈ ਕੋਰਟ ਚੱਲਦੇ ਪਏ ਨੇ ਮਗਰ ਉਹ ਕੇਸ ਜਿਨ੍ਹਾਂ ਦੇ ਵਿੱਚ ਲੋਕੀ ਉਥੋਂ ਦੀ ਮਾਰੇ ਗਏ ਪੱਟੇ ਗਏ ਆਥੇ ਆਏ ਉਹ ਆਜ ਕੰਪਨਸੇਸ਼ਨ ਲਈਆਂ ਹੋਰ ਸੈਟਲ ਕਰਨੇ ਮੇ ਕੇਸ ਪਾਇਆ ਨਹੀਂ ਮਗਰ ਜੇ ਮੈਂ ਤਾਂ ਕਿਹਾ ਸੀਗਾ ਮੈਂ ਤੁਹਾਨੂੰ ਕਿਸੇ ਪੁੱਛਿਆ ਸੀਗਾ ਮੈਂ ਕਿਹਾ ਤੁਸੀਂ ਸਪੈਸ਼ਲ ਕੋਰਟਸ ਬਣਾਓ ਇੱਕ ਪੈਨਲ ਬਣਾ ਲੋ ਨੰਬਰ ਆਫ ਕੋਰਟਸ ਬਣਾ ਲੋ ਇੱਕ ਟਾਈਮ ਫਿਕਸ ਕਰ ਲੋ ਕਿ 2 ਸਾਲ ਤੱਕ ਜਾਂ 3 ਸਾਲ ਤੱਕ ਇਹ ਪੈਨਲ ਜਿਹੜਾ ਹੈਗਾ ਜੁਡੀਸ਼ੀਅਲ ਹੋਰ ਕੋਈ ਕੰਮ ਨਹੀਂ ਕਰੇਗਾ ਸਵਾਇਟ 84 ਦੇ ਕਿਸਾਨਾਂ ਨੂੰ ਔਰ ਇੰਡੀਪੈਂਡੈਂਟ ਪੈਨਲ ਬਣਾਓ ਜਿਹੜੇ 10 ਕੇ ਸਾਲਾਂ ਦੇ ਵਿੱਚ ਸਾਡੇ ਕੇਸ ਨੂੰ ਉਹਦਾ ਫੈਸਲਾ ਕਰੇ ਮਗਰ ਇਸ ਗੱਲ ਤੋਂ ਕੋਈ ਆਂਦਾ ਨਹੀਂ ਹੈਗਾ ਕੋਈ ਇਸ ਕੋ ਨੋ ਬੋਡੀ ਇਜ਼ ਸincere ਇਨ ਥਿਸ ਅਫੇਅਰ ਤੁਹਾਨੂੰ ਐਪਨੇ ਕੇਸਾਂ ਵਿੱਚ ਸੁਖ ਕਮਿਊਨਿਟੀ ਤੋਂ ਕਿੰਨੀ ਸਪੋਰਟ ਮਿਲੀ ਹੈ ਮਨਤਾਜ ਜੀ ਕੋਈ ਸਪੋਰਟ ਨਹੀਂ ਮਿਲਿਆ ਦਾ ਆ ਵੀ ਕਹਦਾ ਜੋ ਕਰ ਰਹਾ ਹੈਗਾ ਸਿੱਖ ਬੋਡੀਆਂ ਨੇ ਐਸਜੀਪੀਸੀ ਸ਼ਰੂਨਿੰਗ ਗੁਜਾਰ ਪੰਡਤ ਕਮੇਟੀ ਕੋਈ ਇਨਾਂ ਵੱਲੋਂ ਦਿਲਚਸਪੀ ਤੁਹਾਨੂੰ ਆਰਥਿਕ ਸਪੋਰਟ ਨਹੀਂ ਮਿਮੰਦੀ ਕੋਈ ਮੋਰਲ ਸਪੋਰਟ ਕਿਨੇ ਸੋ ਇਨਾਂ ਨੇ ਕੋਈ ਦਿਲਚਸਪੀ ਨਹੀਂ ਮੈਂ ਤਾਂ ਉਹ ਜਿਹੜਾ ਤੂਸ਼ਾ ਖਾਨ ਦਾ ਗੋਡ ਗੈਂਪਲ ਦਾ ਉਹਦਾ ਵੀ ਕੇਸ ਪਾਸ ਸੀ ਉਹ ਹਾਈ ਕੋਰਟ ਪਬਲਿਕ ਅਟਟਿਸਪਾਈਸੀ ਹਾਈ ਕੋਰਟ ਨੇ ਕਿਹਾ ਤਾਂ ਕਿ ਤੁਸੀਂ ਜਾ ਕੇ ਜਿੰਨਾ ਖਜ਼ਾਨਾ ਹੈਗਾ ਗੁਰੂ ਇਹਦਾ ਗੁਰੂ ਸਾਹਿਬ ਦਾ ਬਾਕੀ ਜੜੇ ਹੈਗੇ ਕਿ ਕਰੋੜਾਂ ਰੁਪਏ ਦਾ ਸਮਾਨ ਅਸਿਕਾ ਹੈਗਾ ਖਜ਼ਾਨਾ ਉਹ ਜਾ ਕੇ ਲਓ ਹਾਈ ਕੋਰਟ ਨੇ ਹੋਰੇ ਕਰਤਾ ਐਸੀਬੀ ਤੋਂ ਜਾ ਕੇ ਤੁਸੀਂ ਲਓ ਅੱਜ ਤੱਕ ਉਸ ਗੱਲ ਵਿੱਚ 10 ਸਾਲ ਹੋ ਗਏ ਨੇ ਐਸੀਬੀ ਇਸ ਨੇ ਕਾਕੇ ਨਹੀਂ ਕੀਤਾ ਖਜ਼ਾਨਾ ਲਿਆ ਤੱਕ ਨਹੀਂ ਗੱਲ ਵੀ ਨਹੀਂ ਕੀਤੀ ਤੇ ਤੁਸੀਂ ਜੋ ਉਹਦਾ ਐਟੀਟਿਊਡ ਹੈਗਾ ਮੈਂ ਸਮਝਦਾ ਦੇ ਆਰ ਨਾਟ ਸਚ ਸਿਅਰ Yes दे आर सन सी यस टू देमसेल्फ्स। ਉਹਦਾ ਫਾਇਦਾ ਕਿਉਂ ਦਾ? ਜੀ ਸਿਕ ਕੌਮ ਆਪਣੇ ਹੱਕਾਂ ਬਾਰੇ ਜਾਗਰੂਤ ਹੁੰਦੀ ਕਿਉਂਕਿ ਤੁਹਾਨੂੰ ਜਸਟਿਸ ਮਿਲ ਗਿਆ ਹੁੰਦਾ ਅੱਜ। ਬਿਲਕੁਲ ਮਿਲਿਆ ਉਹਦਾ ਕਿਉਂ ਨਹੀਂ ਮਿਲਦਾ? ਜਿਹੜੇ ਅਸੀਂ ਸੁਪਰੀਮ ਕੋਰਟ ਜਾ ਸਕਦੇ ਆਂ, ਹਾਈ ਕੋਰਟ ਜਾ ਸਕਦੇ ਆਂ। ਅਸੀਂ ਦੁਨੀਆ ਇੱਕ ਮਤਲਬ ਕਾਫੀ ਕੁਝ ਕਰ ਸਕਦਾ। ਜਿਵੇਂ ਅਸੀਂ ਬਾਕੀ ਲੋਕਾਂ ਨਾਲ ਗੱਲ ਕਰਦੇ ਆਂ ਤੇ ਉਹ ਇਹੋ ਕਹਿੰਦੇ ਨੇ ਜੀ ਵੀ ਸਾਡੇ ਕੋਲ ਕੋਈ ਪ੍ਰੂਫ ਨਹੀਂ ਹੈ। ਬਟ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਦੇਖੋ ਜੀ ਬਹੁਤ ਕੇਸ ਆ ਹੁੰਦੇ ਜਿਨ੍ਹਾਂ ਵਿੱਚ ਸਰਕਮਸਟੈਂਸ਼ੀਅਲ ਐਵਿਡੈਂਸ ਹੁੰਦੀ ਹੈਗੀ ਹੈ ਈਵਨ ਇਫ देयर ਇਸ ਦੋ ਪ੍ਰੂਫ देयर ਸਰਕਮਸਟੈਂਸਿਸ ਸੱਚ ਇਨ ਸੱਚ ਅ ਵੇ ਥੈਟ ਯੂ ਕੈਨ ਕਨਵਿክት ਹਿਮ ਐ ਐਸੀ ਗੱਲ ਨਹੀਂ ਹੈ ਕਿ ਸਰਕਮਸਟੈਂਸ ਕਈ ਕੇਸ ਹੁੰਦੇ ਬਲਾਈਂਡ ਮਰਡਰ ਹੁੰਦੇ ਉਸ ਕੇਸ ਵਿੱਚ ਸਰਕਮਸਟੈਂਸ਼ੀਅਲ ਐਵਿਡੈਂਸ ਦੇ ਕਾਰਨ ਬੰਦਾ ਕਨਵਿክት ਕੀਤਾ ਜਾਂਦਾ ਹੈਗਾ ਔਰ ਇਸ ਕੇਸ ਦੇ ਵਿੱਚ ਜਦੋਂ ਹਰ ਚੀਜ਼ ਐਪਰਾ ਟਗੀ ਹੈ ਬੰਦਾ ਮਰਿਆ ਹੈ ਲੋਕਾਂ ਨੇ ਮਾਰਿਆ ਹੈਗਾ ਲੋਕੀ ਆਈਡੈਂਟੀਫਾਈ ਵੀ ਹੋਏ ਨੇ ਉਦੇ ਬਾਵਜੂਦ ਜੇ ਆਪਾਂ ਕੁਝ ਨਹੀਂ ਕਰ ਸਕਦੇ ਤੇ ਗਲਤੀ ਤਾਂ ਸਾਡੀ ਹੀ ਕਿ ਸੋਹ ਦੇ ਤਾਂ ਨਹੀਂ ਵਾਈ ਬਲੇਮ ਅਦਰਸ ਬੰਦੀ ਹੈ ਆਸਾਸ ਟੂ ਬੀ ਬਲੇਮਡ ਪਰ ਇਹ ਅਸੀਂ ਦੇਖਦੇ ਹਾਂ ਗੁਜਰਾਤ ਦੇ ਜਿਹੜੇ ਦੰਗੇ ਹੋਏ ਆ ਮੁਜ਼ਫਰਨਗਰ ਨਗਰ ਦੰਗੇ ਹੋਏ ਕਿੱਥੇ ਵੀ ਨਿਆਂ ਨਹੀਂ ਮਿਲ ਕੋ ਜੀ ਜਦੋਂ ਅਸੀਂ ਕੁਝ ਕਰਦੇ ਨਹੀਂ ਵੀ ਆਰ ਨੋਟ ਸੈਂਸੀਅਰ ਸੋ ਇਟਸ ਜਸ ਤੁਸੀਂ ਇੱਕ ਹੋ ਕੇ ਕਿ ਸਿਰਫ ਸਿੱਖ ਕਮਿਊਨਿਟੀ ਨਹੀਂ ਭਾਰਤ ਦੀ ਜਿਹੜੀ ਆਬਾਦੀ ਐ ਐਸ ਜਨਰਲ ਅਸੀਂ ਛੋਟੀ ਐਗਜ਼ਾਮਪਲ ਦਵਾਂਗਾ ਕਿ ਮੇਰੇ ਕੋਲ ਕੁਝ ਬੰਦੇ ਆਏ ਕੈਨੇਡਾ ਤੋਂ ਮੇਰੇ ਕੋਲ ਸਾਬ ਸੀਗੇ ਬੀਓਂਗ ਟੂ ਸੈਕ ਕਮਿਊਨਿਟੀ ਉਹ ਮੈਂ ਕਿਹਾ ਜੀ ਮੇਰੇ ਨਾਲ ਮੈਂ ਕਿਹਾ ਜੀ ਵੈਰੀ ਗੁੱਡ ਵੈਲਕਮ ਚਾਹ ਪੀਓ ਉਹ ਕਹਿੰਦੇ ਜੀ ਅਸੀਂ ਪੰਜਾਬ ਤੋਂ ਸਟੱਡੀ ਕਰਨ ਆਏ ਆ ਕਿ ਇੱਥੇ ਜਿਹੜੇ ਫੇਕ ਐਂਕਾਊਂਟਰਸ ਹੋਏ ਨੇ ਉਹ ਕਿੰਨੇ ਹੋਏ ਨੇ ਪੰਜਾਬ 'ਚ ਮੈਂ ਕਿਹਾ ਤੁਸੀਂ ਕਰ ਲਓ ਇਨਕੁਆਇਰੀ ਕਰ ਲਓ ਕਹਿੰਦੇ ਅਸੀਂ 6 ਮਹੀਨਾ 2 ਮਹੀਨਾ ਹੋ ਗਿਆ ਸਾਨੂੰ ਕੰਮ ਕਰਦੇ ਨੂੰ ਤੇ ਸਾਡੇ ਕੋਲ 150 ਅਸੀਂ ਕਰ ਚੁੱਕੇ ਹਾਂ ਕਲੈਕਸ਼ਨ ਕਿ 15 ਬੰਦਾ ਮ ਆ ਗਿਆ ਮੈਂ ਕਿ ਮੈਂ ਹਾਈ ਕੋਰਟ ਚ ਕੋਈ 1500 ਕੇਸ ਪਾ ਚੁੱਕਾ ਜਿਹੜੇ ਵਸ ਫੇਕ ਕਾਊਂਟਰ ਇੱਕ ਕਾਊਂਟਰ ਦੇ ਸੀ ਉਹ ਸਾਰੀਆਂ ਫਾਇਦਾ ਮੈਨੂੰ ਇੱਥੇ ਪਈਆਂ ਤੁਸੀਂ ਸਵੇਰੇ ਆਓ ਸਾਰੀਆਂ ਫਾਇਦਾ ਚੈੱਕ ਕਰੋ ਤੁਹਾਡੇ ਬੰਦਾ ਸਭ ਬੰਦਾ ਤੋਂ ਮੈਂ ਤੁਹਾਨੂੰ ਦੇ ਰਿਹਾ ਡਿਟੇਲਸ ਭਾਵੇਂ ਛਾੜ ਦੋ ਉਹ ਆਏ ਅਗਲੇ ਦਿਨ ਮੇਰੇ ਕੋਲ ਇੱਥੇ ਸਟੱਡੀ ਕਰਨ ਲਈ ਜੀ ਸਵੇਰੇ ਆਏ ਸ਼ਾਮ ਨੂੰ ਚਲੇ ਗਏ ਜਾ ਖਾਣਾ ਤੇ ਬਾਤ ਉਸ ਤੋਂ ਬਾਅਦ ਅੱਜ ਤੱਕ ਇੰਤਕਿਆ ਜਿਹੜਾ ਬੰਦਾ ਅਮਰੀਕਾ ਤੋਂ ਸਿਰਫ ਇੱਕ ਕੰਮ ਕਰਨ ਲਈ ਆਇਆ ਹੈਗਾ ਟੂ ਸਟੱਡੀ ਐਂਡ ਕਲੈਕਟ ਡਾਟਾ ਐਂਡ ਹੀ ਇਜ਼ ਗੈਟਿੰਗ ਡਾਟਾ ਆਫ 1500 ਕੇਸਿਸ ਐਟ ਵਨ ਪਲੇਸ ਥੈਨ ਹੀ ਇਜ਼ ਗੋਇੰਗ ਅਰਾਊਂਡ ਦ ਹੋਲ ਆਫ ਪੰਜਾਬ ਐਂਡ ਕਲੈਕਟਿੰਗ ਓਨਲੀ 150 ਕੇਸਿਸ ਸੋ ਆਮ ਓਨਲੀ ਟਾਕਿੰਗ ਅਬਾਊਟ ਦ ਸਿਂਸੇਰਿਟੀ ਆਫ ਪੀਪਲ ਹੂ ਆਰ ਡੀਲਿੰਗ ਇਨ ਆਲ ðiਸ ਕੇਸਿਸ ਸੋ ਇਹ ਤੁਸੀਂ ਫਿਊਚਰ ਅੱਜ ਅਸੀਂ ਵਿਦਿਆਰਥੀਆਂ ਨਾਲ ਗੱਲ ਕੀਤੀ ਜੋ ਸੀਗਾ ਹਾਂ ਬੜਾ ਮਾੜਾ ਹੋਇਆ ਪਰ ਉਹਨਾਂ ਦੀ ਗੱਲ ਵਿੱਚ ਮੈਨੂੰ ਇਹ ਲੱਗਿਆ ਜਿਵੇਂ ਇੱਕ ਐਪਥੀਟੀਨਾ ਅੰਦਰ ਸੈਟ ਹੋ ਗਈ ਹੈ ਸਾਡੇ ਨੌਜਵਾਨ ਪੀੜੀ ਵਿੱਚ ਵੀ ਉਹ ਉਹ ਸਿੱਖ تھے ਨੂੰ ਕੌਮ ਵਾਂਗ ਦੇਖੋ ਪਰ ਜੇ ਕੌਮ ਨਾਲ ਹੋਇਆ ਤਾਂ ਕੌਮ ਵਾਂਗ ਦੇਖਣਾ ਪਏਗਾ ਯੂ ਥਿੰਕ ਤੁਹਾਡਾ ਤੁਸੀਂ ਇੰਨੇ ਕੇਸਸ ਦੇਖਦੇ ਹੋ ਤੁਸੀਂ ਯੂ ਹੈਵ ਸਫਰਡ ਪਰਸਨਲ ਲਾਸ ਤੁਸੀਂ ਇਸ ਲੜਾਈ ਵਿੱਚ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਅੱਗੇ ਜਾ ਕੇ ਕੋਈ ਚਾਂਸ ਹੈਗਾ ਸਿਸਟਮ ਚੇਂਜ ਹੋਣ ਦਾ ਦੇਖੋ ਜੀ ਮੈਂ ਸਮਝਦਾ ਜੇ ਅਸੀਂ ਸਾਰੇ जे बंदर है दे आर नॉट डूइंग थिंग्स फॉर दैमसेल्स बट फॉर कम्यूनिटी और एज ह्यूमन एज अ ह्यूमन बीइंग कुछ कर सकते हैं बट दो कम फॉरवर्ड टू अचीव समथिंग फॉर दैमसेल्व्स थ्रू ऑल वी कॉन्ट रिटेन बट अज जो सासत का हाल है लैस नॉट जो पंजाब की गल ना करिए अ पूरे देश की गल करिए सियासत हर इंसान अपने लिए सियासत का सिस्टम ही बदल चुका है सो लगता है कि आने वाले समय में किसी को न्याय मिल पाएगा जिमें आज स्थिति हैगी है देखो जी मेरे हिसाब तो कोई म जापता नहीं है बाहर कोई बंद कमिटड लोग आने या इतों के वो कट्ठे हो के आवाज उठा और अपना हक मंगन कि जो कुछ इंसाफ तो करो ती बहुत कमिटड होगी अपनी पूरी लाइफ लगाई हैगी है कि सक्सैस पा चुके हैं देखो जी आई हैव टू बी फ्रेंक नाव आई हैव बिन एबल टू नेल द पुलिस टू ग्रेट एक्सटेंट मैं जी सैकड़े केस पाए एक नहीं मतलब दो नहीं बट हंड्रेड ऑफ सच केसिजर मोर दैन द आई जॉस एबल टू नेल द पुलिस पीपल गेट दैम अरेस्टेड या एक्शन कराओ कुछ कराओ कुछ ना कुछ पर कराया मैं पुलिस नत्थ पा सकता मैं अपना कह ऐसा कोई पुलिस ऑफिसर है ही नहीं ऑफिसर ਪੰਜਾਬ ਦਾ ਇਨਕਲੂਡਿੰਗ ਕੇਪੀਐਸ ਗਿਲ ਟੂ ਰਾਈਟ ਟੂ ਦਾ ਬਾਟਮ ਜਿਸ ਦੇ ਖਿਲਾਫ ਕੇਸ ਨਾ ਪਾਵੇ 1 ਜਾਂ 2 ਜਾਂ 3 ਜਾਂ 10 ਜਾਂ 12 ਥੈਟ ਹੈਵ ਬੀਨ ਏਬਲ ਟੂ ਚੀਵ ਟੂ ਸਟਾਪ ਫੇਕ என்கਾਊਂਟਰਸ ਐਸ ਫਾਰ ਐਸ 84 ਰਾਇਸ ਕਨਸਰਨ ਮੈਂ ਬੜੀਆਂ ਵਾਅਦਾਂ ਚੁੱਕੀਆਂ ਬਹੁਤ ਕੁਝ ਕਾ ਕੁਝ ਕਰੋ ਕੁਝ ਕਰੋ ਬਟ ਆਈ ਥਿੰਕ ਮੋਰ ਕੁਇਟ ਪੀਪਲ ਆਰ ਰਿਕੁਆਇਰਡ ਮੈਂ ਕੋਲਾ ਨਹੀਂ ਕਰ ਸਕਦਾ ਇਟਸ ਨਾਟ ਮਾਈ ਜੋਬ ਇਟ ਚੈਕ ਇਨ ਡੂ ਅਲੋਨ ਐਂਡ ਤਾਨੂੰ ਸੇ ਕੰਮ ਤੋਂ ਸਪੋਰਟ ਨਹੀਂ ਮਿਲੀ ਥੈਟ ਸਮਥਿੰਗ ਨਾ ਕਦੀ ਮੰਗੀ ਜੀ ਨੇ ਪਰ ਜੇ ਤੁਸੀਂ ਉਹਨਾਂ ਦੇ ਕੇਸ ਲੜ ਰਹੇ ਸੀ ਜੇ ਆਮ ਇਨਸਾਨ ਤਾਂ ਨਾਲ ਲਾਂਦਾ ਤੇ ਗੱਲ ਕੁਝ ਹੋਰ ਹੋਣੀ ਸੀ ਬਿਲਕੁਲ ਠੀਕ ਹੈ ਪਰ ਨਾ ਕੋਈ ਆਇਆ ਤੇ ਨਾ ਕੋਈ ਗਿਆ ਨਾ ਕਿਸੇ ਨੇ ਆਫਰ ਕੀਤੀ ਨਾ ਮੈਂ ਕਿਸੇ ਤੋਂ ਮੰਗੀ ਪਰ ਮੈਂ ਜਿੰਨੀ ਲੜਾਈ ਇਕੱਲਾ ਲੜਦਾ ਸੀ ਕਮਿਟਡਲੀ ਆਈ ਫੌਟ ਐਂਡ ਵਾਟਵਰ ਵੀ ਦਾ ਰਿਜ਼ਲਟ ਬਟ ਆਈ ਫੌਟ ਸਨਸਰਲੀ ਇਕੱਲੇ ਲੜਦੇ ਆ ਬੜੇ ਲੋਕ ਕਿੱਥੇ ਕਿੱਥੇ ਛੋਟੀਆਂ ਛੋਟੀਆਂ ਚਿੰਗਾਰੀਆਂ ਜ਼ਰੂਰ ਚਲਦੀਆਂ ਆ ਰਹੀਆਂ ਹਨ ਪਰ ਜਦ ਤੱਕ ਇਹ ਮਿਲ ਕੇ ਨਹੀਂ ਲੜਨ ਗਿਆ ਕੋਈ ਫਾਇਦਾ ਨਹੀਂ ਹੈ 33 ਸਾਲ ਹੋ ਗਏ ਨੇ ਸ਼ਾਇਦ ਅਗਲੇ ਸਾਲ ਫਿਰ 34 ਤੇ ਪਾਵਾਂਗੇ 35 ਤੇ ਆਵਾਂਗੇ ਤੇ ਇਸ ਤਰ੍ਹਾਂ ਹੀ ਵਰਸੀਆਂ ਮਨਾਉਂਦੇ ਰਹਿ ਜਾਾਂਗੇ ਤੇ ਨਿਆਂ ਕਦੀ ਨਹੀਂ ਪਾ ਪਾਵਾਂਗੇ